ਵੀਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਪਾਕਿਸਤਾਨ ਵਿੱਚ ਸੈਨੇਟ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਪਾਕਿਸਤਾਨ ਤਹਿਰੀਕ ਇਨਸਾ ਪਾਰਟੀ ਨੇ ਖੈਬਰ ਪਖਤੂਨ ਖਵਾ ਸੂਬੇ ਤੋਂ ਇੱਕ ਸਿੱਖ ਸਰਦਾਰ ਗੁਰਦੀਪ ਸਿੰਘ ਹੋਰਾਂ ਨੂੰ ਸੈਨੇਟ ਲਈ ਨੋਮੀਨੇਟ ਕੀਤਾ ਹੈ ਸੋ ਸਰਦਾਰ ਗੁਰਦੀਪ ਸਿੰਘ ਹੋਰਾਂ ਦੀ ਜਿੱਤ ਜਿਹੜੀ ਹੈ ਉਹ ਯਕੀਨੀ ਹੈ ਸੋ ਅਸੀਂ ਤਹਿਰੀਕ ਇਨਸਾ ਪਾਰਟੀ ਅਤੇ ਪਾਕਿਸਤਾਨੀ ਆਵਾਮ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਸੋ ਇਸ ਬਾਰੇ ਆਪਾਂ ਵੀ ਚਾਰਚਰਚਾ ਕਰਾਂਗੇ ਔਰ ਨਾਲ ਹੀ ਰੂਹ ਦੀ ਖਰਾਕ ਕੁਲਬਾਨੀ ਵਿਚਾਰਾਂ ਦੀ ਸਾਂਝ ਵੀ ਤੋੜਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਡਿਕਨਸਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਰਾਜਾ ਸਭ ਕੀ ਵਿਚਾਰਾਂ ਦੇ ਅ ਦੇਖੋ ਥੈਂਕਸ 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 ਬਹੁਤ ਅਸੀ ਕੀ ਕਹਿ ਸਕਦੇ ਹਾਂ ਸ਼ੁਕਰਗੁਜ਼ਾਰੀ ਜੀ ਕਿਉਂਕਿ ਇੱਕ ਪਾਸੇ ਜਸ ਭਾਰਤ ਨਾਲ 47 ਦੇ ਦੌਰ ਦੀ ਸਾਡੀ ਅਹਿਮਕ ਨਾਇਬ ਕਮ ਅਕਲ ਵਕਾਊ ਮਾਲ ਵਰਗੀ ਡਿਡਰਸ਼ਿਪ ਨੇ ਕਿਸਮਤ ਜੋੜੀ ਅੱਜ ਉਸ ਧਰਤੀ ਤੋਂ ਸਿੱਖ ਸੈਂਕੜਿਆਂ ਦੀ ਗਿਣਤੀ ਚ ਆਪਣੇ ਰੈਬਰ ਗੁਰੂ ਨਾਨਕ ਸਾਹਿਬ ਦੇ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਨਹੀਂ ਆ ਸਕਦੇ ਬਿਲਕੁਲ ਜਿਵੇਂ ਰੁਕਿਆ ਗਿਆ ਹੈ ਜਿਵੇਂ ਇਹ 12th ਆਵਰ ਰੁਕਾਵਟ ਖੜੀ ਕੀਤੀ ਗਈ ਦੂਸਰੇ ਪਾਸੇ ਪਾਕਿਸਤਾਨ ਜਿੱਥੇ 20-25 ਹਜ਼ਾਰ ਦੇ ਕਰੀਬ ਇਸ ਕਮਿਊਨਿਟੀ ਹੈ ਉਹਨਾਂ ਨੂੰ ਕਿਵੇਂ ਗੁਰਦੁਆਰਾ ਸਾਹਿਬ ਰੀਸਟੋਰ ਕੀਤੇ ਨੇ ਕਿਵੇਂ ਈਵਨ ਸਿੱਖ ਮੈਰਿਜ ਐਕਟ ਆਨੰਦ ਮੈਰਿਜ ਐਕਟ ਦੇ ਥੱਲੇ ਸਿੱਖ ਪਰਸਨਲ ਲਾਅ ਔਰ ਪੋਲਿਟਿਕਲ ਰਿਪਰੈਜ਼ੈਂਟੇਸ਼ਨ ਦੇਖੋ ਪਾਕਿਸਤਾਨੀ ਆئین ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਹੈ ਕਿ ਮਾਈਨੋਰਟੀਜ਼ ਦਾ ਅਲੱਗ ਕੋਟਾ ਬਿਲਕੁਲ ਫੈਡਰਲ ਲੈਵਲ ਦੇ ਉੱਤੇ ਵੀ ਔਰ ਸੂਬਾ ਲੈਵਲ ਦੇ ਉੱਤੇ ਵੀ ਪ੍ਰੋਵਿੰਸ਼ੀਅਲ ਔਰ ਫੈਡਰਲ ਔਰ ਇਸ ਤੋਂ ਪਹਿਲਾਂ ਜਿਹੜੀਆਂ ਪਾਕਿਸਤਾਨ ਦੀਆਂ ਸੂਬਾਈ ਅਸੈਂਬਲੀਆਂ ਨੇ ਉਹ ਪੰਜਾਬ ਦੀ ਵੀ بلوچستان ਦੀ ਵੀ ਔਰ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਜਦੋਂ ਹੁੰਦਾ ਸੀ ਉਹਦੀ ਉਹਦੇ ਚ ਸਿੱਖ ਨੁਮਾਇੰਦੇ ਰਹਿ ਚੁੱਕੇ ਨੇ ਪਰ ਉਥੇ ਇੱਕ ਟ੍ਰੈਂਡ ਇਹ ਵੀ ਹੈ ਕਿ ਵੀ ਕਿਉਂਕਿ ਜਿਹੜੀ ਸਿੱਖ ਕੋਟੇ ਚ ਕੋਈ ਉਹ ਸੀਟ ਪਿਆਰਤਾ ਸੱਖਾਂ ਨੂੰ ਕਰਦੇ ਨੇ ਔਰ ਬੇਸ਼ੱਕ ਕੋਟਾ ਮਾਈਨੋਰਟੀ ਦਾ ਹੁੰਦਾ ਜਿਹਦੇ ਚ ਹਿੰਦੂ ਵੀ ਨੇ ਈਸਾਈ ਵੀ ਨੇ ਔਰ ਸਿੱਖ ਵੀ ਨੇ ਸਿੱਖ ਈਵਨ ਐਜ਼ ਅ ਮਾਈਨੋਰਟੀ ਵੀ ਘੱਟ ਨੇ ਉਹਨਾਂ ਨਾਲੋਂ Hindu ਬਹੁਤ ਨੰਬਰ ਹੈ ਸਿੰਧ ਦੇ ਵਿੱਚ ਬਹੁਤ Hindu ਨੇ ਇਸਾਈ ਵੀ ਜ਼ਿਆਦਾ ਨੰਬਰ ਚ ਹੈ ਪਰ ਉਹਨਾਂ ਦੀ ਪ੍ਰੀਫਰੈਂਸ ਸਮ ਹੋਏ ਕਿ ਨੇਚੁਰਲ ਹੈ ਮੁਹੱਬਤ ਵੀ ਹੈ ਉਹ ਸਿੱਖ ਪ੍ਰੀਫਰ ਕਰਦੇ ਨੇ ਹੁਣ ਉੱਥੇ ਕੀ ਹੁੰਦਾ ਹੈ ਕਿ ਕੁਝ ਜਿਹੜੇ Hindu ਵੀ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਵਿਚ ਪੜਨਾ ਹੈ ਤੇ ਭਾਵੇਂ ਉਹਨਾਂ ਨੂੰ ਉਹ ਆਪਣੇ ਆਪ ਨੂੰ ਸਿੱਖ ਕੈਟਾਗਰੀ ਚ ਕਰ ਲੈਂਦੇ ਨੇ ਰਜਿਸਟਰ ਔਰ ਉਹਨਾਂ ਚੋ ਕੁਸ਼ਤਾਂ ਸਿੱਖੀ ਸਰੂਪ ਚ ਵੀ ਆ ਜਾਂਦੇ ਨੇ ਭਾਵੇਂ ਉਹ ਅਹੁਦਾ ਲੈਣ ਲਈ ਆਂਦੇ ਹੁਣ ਕੁਝ ਜਿਹੜੇ ਨੇ ਉਹ ਨਹੀਂ ਹੁਣ ਜਿਹੜੀ ਖਬਰ ਪਾਕਿਸਤਾਨ ਦੇ ਮੀਡੀਆ 'ਚ ਬੇਸ਼ੱਕ ਅਜੇ ਸੈਨੇਟ ਦੀਆਂ ਇਲੈਕਸ਼ਨਸ ਕੁਝ ਦਿਨ ਬਾਅਦ ਹੋਣੀਆਂ ਨੇ ਪਰ ਆਲਰੇਡੀ ਜਿਹੜੀ ਮਾਈਨੋਰਟੀ ਕੋਟੇ 'ਚੋਂ ਨੋਮੀਨੇਸ਼ਨ ਹੈ ਉਸ ਦੀ ਤਾਂ ਸਰਟਨਿਟੀ ਹੈ ਜਿੱਤਦੀ ਔਰ ਤਹਿਰੀਕ-ਏ-ਇਨਸਾਫ ਪਾਰਟੀ ਜਿਹਨਾਂ ਦੀ ਹਕੂਮਤ ਵੀ ਹੈ ਖੈਬਰ ਪਖਤੂਨਖਵਾਜ ਔਰ Imran Khan ਉਹਨਾਂ ਦੀ ਕਿਆਦਤ ਦੇ ਥੱਲੇ ਆਏ ਪਾਰਟੀ ਉਹਨਾਂ ਨੇ ਖੈਬਰ ਪਖਤੂਨਖਵਾਜ ਸੂਬੇ 'ਚੋਂ ਸੈਨੇਟ ਦੇ ਲਈ ਜਿਹੜਾ ਸਰ ਗੁਰਦੀਪ ਸਿੰਘ ਜਿਹਨਾਂ ਦੀ ਪਿਕਚਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਉਹਨਾਂ ਨੂੰ ਨਾਮਿਨੇਟ ਕੀਤਾ ਹੈ ਹੁਣ ਇਹ ਜਿਹੜੇ ਨੇ ਉਸ ਤੋਂ ਪਹਿਲਾਂ 2005 ਦੇ ਵਿੱਚ ਮਾਈਨੋਰਟੀ ਕਾਉਂਸਲਰ ਸੀ ਚਕੇਸਰ ਏਰੀਆ ਸ਼ਾਂਗਲਾ ਚੋਂ 2005 ਦੇ ਵਿੱਚ ਔਰ ਇਹਨਾਂ ਦੀ ਫੈਮਿਲੀ ਇਹ بزਨਸ ਫੈਮਿਲੀ ਹੈ ਇਹਨਾਂ ਦੇ ਫਾਦਰ ਉੱਥੇ grain trader ਨੇ ਪਿਛਲੇ 40 ਸਾਲ ਤੋਂ ਸ਼ਾਂਗਲਾ ਦੇ ਵਿੱਚ ਔਰ ਇਹ ਜ਼ਾਰ ਹੈ ਕਿ ਵੀ ਬਹੁਤ ਵੱਡਾ ਆਨਰ ਹੈ ਉਹਨਾਂ ਦੀ ਜਿੱਤ ਯਕੀਨੀ ਹੈ ਔਰ ਮੈਂ ਸਮਝਦਾ ਹੈ ਵੀ ਪਾਕਿਸਤਾਨ ਦੀ ਸੈਨੇਟ ਦੇ ਵਿੱਚ ਇੱਕ ਦਸਤਾਰ ਦੇ ਨਾਲ ਸਿੱਖ ਦਾ ਸਿੱਖੀ ਬਾਣੇ ਦੇ ਵਿੱਚ ਹੋਣਾ ਉਹਨਾਂ ਹਾਲਾਤਾਂ 'ਚ ਜਦੋਂ ਦੂਜੇ ਪਾਸੇ ਆਪਣੇ ਮذਬੀ ਥਾਵਾਂ ਦੀ ਜਿਹੜੀ ਹੈ ਜ਼ਿਆਰਤ ਦੇ ਲਈ ਵੀ ਸਿੱਖਾਂ ਨੂੰ ਅਲਾਉ ਨਹੀਂ ਕੀਤਾ ਔਰ ਜੋ ਸਿੱਖ ਕਿਸਾਨੀ ਦਾ ਹਾਲ ਹੋ ਰਿਹਾ ਹੈ ਜੋ ਅਦਰਵਾਈਜ਼ ਭਾਰਤ ਦੇ ਬਾਕੀ ਸੂਬਿਆਂ 'ਚ ਹੋ ਰਿਹਾ ਹੈ ਪੋਲਿਟিক্যাল ਰਿਪਰੈਜ਼ੈਂਟੇਸ਼ਨ ਦੀ ਤਾਂ ਜਿਸ ਕਿਸਮ ਦੇ ਮੈਜੋਰਿਟੇਰੀਅਨ ਰੂਲ ਹੈ ਉਹਨਾਂ ਨੇ ਤਾਂ 200 ਮਿਲੀਅਨ ਮੁਸਲਮਾਨ ਭਾਰਤ ਦੇ ਵਿੱਚ ਉਹ ਜਿਹੜੇ ਨੇ ਉਹ ਯੂਸਲੈਸ ਬਣਾ ਦੁੱਤੇ ਨੇ ਉਹਨਾਂ ਦੇ ਇਵਨ ਜਿਹੜੇ ਚੁਣੇ ਨੁਮਾਇੰਦੇ ਵੀ ਨੇ ਉਹ ਇਨੇਕ ਡਰਏ ਹੋਏ ਨੇ ਕਿ ਉਹ ਆਵਾਜ਼ ਹੀ ਨਹੀਂ ਚੁੱਕ ਸਕਦੇ ਔਰ ਫਰਦਰ ਉਹਨਾਂ ਨੂੰ ਡੀਫਰੈਂਚਾਈਜ਼ ਕਰਨ ਵੱਲ ਜਾ ਰਹੇ ਨੇ ਸੀਏ ਵਰਗੇ ਕਾਨੂੰਨ ਔਰ ਨੈਸ਼ਨਲ ਰਜਿਸਟ੍ਰੇਸ਼ਨ ਆਫ ਪੋਪੂਲੇਸ਼ਨ ਇਹ ਅਸਲਚ ਉਹਨਾਂ ਨੂੰ ਡੀ ਫਰੈਂਚਾਈਜ਼ ਕਰਨਾ ਹੈ ਸੋ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਹਕੂਮਤ ਆਵਾਮ ਔਰ ਇਸ ਮੁੱਦੇ ਤੇ ਤਰੀਕੇ ਇਨਸਾਫ ਪਾਰਟੀ ਦਾ ਅਸੀਂ ਸ਼ੁਕਰੀਆਦਾਤਾ ਕਰਦੇ ਹਾਂ ਕਿ ਉਹਨਾਂ ਨੇ ਸਿੱਖਾਂ ਨੂੰ ਰੈਕਗਨਿਸ਼ਨ ਦਿੱਤੀ ਹੈ ਬਿਲਕੁਲ ਔਰ ਕੱਟੂਕੱਟ ਜਿਹੜੀ ਸਾਡੀ ਸਟਰਗਲ ਹੈ ਆਲਟੀਮੇਟਲੀ ਭਾਰਤੀ ਕਬਜ਼ੇ ਤੋਂ ਆਜ਼ਾਦ ਹੋਣ ਦੀ ਇਹ ਜਿਹੜੇ ਸਾਰੇ ਸਟੈਪ ਨੇ ਜਿਹੜੇ ਮੋਰਲ ਬੂਸਟਰ ਨੇ ਜਿਹੜੇ ਕਿਤੇ ਨਾ ਕਿਤੇ ਸਾਨੂੰ ਇਹ ਅਹਿਸਾਸ ਵੀ ਕਰਵਾਉਂਦੇ ਨੇ ਕਿ ਦੋਸਤ ਤੇ ਦੁਸ਼ਮਣ ਕੌਣ ਨੇ ਏ ਅਲਟੀਮੇਟਲੀ ਸਾਡੀ ਦੋ ਕੌਮਾਂ ਦੀ ਨੇੜਤਾ ਔਰ ਮੁਸਤਕਬਲ ਦੇ ਵਿੱਚ ਦੋ ਮੁਲਕ ਖਾਲਸਤਾਨ ਔਰ ਪਾਕਿਸਤਾਨ ਉਹਨਾਂ ਦੀਆਂ ਆਪਸੀ ਸਾਂਝਾਂ ਔਰ ਆਲਰੇਡੀ 5 ਮਿਲੀਅਨ ਤੋਂ ਜ਼ਿਆਦਾ ਸਿੱਖ ਡਾਇਸਪੋਰਾ ਹੈ ਉੱਥੇ ਜਦੋਂ ਹੁਣ ਕੋਈ ਲੈਂਦੇ ਪੰਜਾਬ ਚੋਂ ਗੀਤ ਆਂਦਾ ਹੈ ਤੇ ਉਸ ਦੇ ਜਾਂ ਇਵਨ ਉਹਨਾਂ ਦੇ ਜਿਹੜੇ ਪਪੂਲਰ ਸ਼ੋਅ ਨੇ ਮੈਂ ਇਵਨ ਦੇਖਦਾ ਹਾਂ ਉਹਨਾਂ ਦੇ ਵਿੱਚ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਸਿੱਖ ਵਿਊਅਰਸ ਵੀ ਹੁੰਦੇ ਨੇ ਔਰ ਉਹਨਾਂ ਦੇ ਕਮੈਂਟ ਵੀ ਹੁੰਦੇ ਨੇ ਕਿਉਂਕਿ ਉਹ ਉਹਨਾਂ ਨਾਲ ਆਪਣੀ ਹੁਣ ਆਪਣਤ ਮਹਿਸੂਸ ਕਰਦੇ ਨੇ ਉਸ ਧਰਤੀ ਨਾਲ ਧਰਤੀ ਦੇ ਉਸ ਧਰਤੀ ਦੇ ਬੱਚੇ ਬੱਚੀਆਂ ਦੇ ਨਾਲ ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਔਰ ਕਲੋਜ਼ਿੰਗ ਤੋਂ ਪਹਿਲਾਂ ਕਿਉਂਕਿ ਵੀਕਐਂਡ ਹੈ ਔਰ ਅਸੀਂ ਕਬੀਰ ਸਾਹਿਬ ਦੇ ਦੋ ਸ਼ਲੋਕ ਜਿਹੜੇ ਨੇ ਉਹ ਵਿਚਾਰ ਅਦਿਨ ਲਿਆਵਾਂਗੇ ਔਰ ਇਸ ਚੋਂ पहला श्लोक है कबीर बेकार है चितवते झूठे करते आस मनोरथ कोए ना पूरे हो चाले ऊठ निराश के भी अस जहाँ चीज़ों की आस करते हैं जड़िया साढ़िया डिजायरस ने उन्हें डिजायर चो विककार काम क्रोध लोह मोह हंकार ਇਸ ਤੋਂ ਬਿਨਾ ਕੁਝ ਨਹੀਂ ਨਿਕਲਦਾ ਕਬੀਰ ਬਕਾਰੈ ਚਤਵਦੇ ਅਸੀਂ ਜਿਹੜੀ ਗੱਲ ਇਮੇਜਨ ਕਰਦੇ ਆਂ ਡਿਜ਼ਾਇਰ ਕਰਦੇ ਆਂ ਚਤ ਵਿੱਚ ਲਿਆਉਂਦੇ ਆਂ ਉਹ ਭੜੇ ਕੰਮਾਂ ਬਾਰੇ ਹੀ ਅਸੀਂ ਸੋਚਦੇ ਰਹਿੰਦੇ ਆਂ ਕਿ ਉਹਨੂੰ ਕਿੱਥੇ ਠੱਬੀ ਲਾਣੀ ਐ ਕਿਦਾਂ ਕਿਵੇਂ ਬੁਰਾ ਹੋ ਸਕਦਾ ਐ ਕਿਵੇਂ ਅਸੀਂ ਕਿਸੇ ਦਾ ਫਾਇਦਾ ਚੁੱਕ ਸਕਦੇ ਆਂ ਔਰ ਫਿਰ ਅਸੀਂ ਉਸੇ ਦੇ ਉੱਤੇ ਹੀ ਉਹਨਾਂ ਪਦਾਰਥਾਂ ਦੀਆਂ ਤਾਂਗਾਂ ਤੰਗਦੇ ਜਿਹੜੇ ਨਾਸਵੰਦ ਨੇ ਜਿਨ੍ਹਾਂ ਨੇ ਡਿਸਟਰੋਏ ਹੋਣਾ ਮਨੋਰਥ ਕੋਈ ਨਾ ਪੂਰਿਓ ਔਰ ਇਸ ਮਨ ਦੀ ਭੱਜ ਦੌੜ ਦੇ ਵਿੱਚ ਜਿਹੜਾ ਅਲਟੀਮੇਟਲੀ ਨਿਕਲਣਾ ਕੀ ਹੈ ਨਿਕਲਣਾ ਕੀ ਹੈ ਮਨੋਰਥ ਕੋਈ ਨਾ ਪੂਰਿਓ ਚਾਲੇ ਉਠ ਨਿਰਾਸ਼ ਉਹਦੇ ਚੋਂ ਸਵਾਏ ਡਿਸਪਾਇੰਟਮੈਂਟ ਦੇ ਨਿਰਾਸ਼ਤਾ ਦੇ ਹੋਰ ਕੁਝ ਨਹੀਂ ਨਿਕਲੇਗਾ ਔਰ ਦੁਨਿਆਵੀ ਡਿਜ਼ਾਇਰਸ ਦੇ ਨਾਲ ਲੱਗ ਕੇ ਨਿਰਾਸ਼ਾ ਨਿਕਲਦੀ ਹੈ ਤੇ ਜੀਵਨ ਦੀ ਆਸ ਕਾਦੇ ਨਾਲ ਜੁੜੀ ਹੋਈ ਹੈ ਕੀ ਕਰਨਾ ਬਣਦਾ ਉਹ ਅਗਲਾ ਸ਼ਲੋਕ ਹੈ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤ ਕਤੈ ਨ ਡੋਲੇ ਜਿਸ ਰਖੈ ਸਿਰਜਣਹਾਰ ਕਿ ਇੰਦਾ ਐਂਡ ਸੁਖ ਨਾਹੀ ਰੇ ਹਰ ਭਗਤ ਬਿਨ ਕਿ ਜੇ ਸੁਖ ਹੈ ਜਿਹੜਾ ਤੁਹਾਡੇ ਅੰਦਰ ਨੂੰ ਟਿਕਾਹ ਚ ਰੱਖਦਾ ਉਹ ਰੱਬ ਦੀ ਬੰਦਗੀ ਹੈ ਰੱਬ ਦੀ ਇਬਾਦਤ ਹੈ ਐਵੇਂ ਨਹੀਂ ਬਾਬਾ ਫਰੀਦ ਗਨ ਸ਼ਕਰ ਜਦੋਂ ਉਹ ਸਾਰੇ ਚੋਂ ਮੰਗਦੇ ਨੇ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਵੀ ਸ਼ੇਖ ਫਰੀਦਾ ਖੈਰ ਦੀਜੇ ਬੰਦਗੀ हे ਖੁਦਾ हे ਰੱਬ हे ਅੱਲਾਹ ਤਾਲਾ ਹੈ ਵਾਹਿਗੁਰੂ ਮੈਂ ਤੇਰੀ ਪਨਾਹ ਚ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਮੇਰੇ ਸਾਰੇ ਗੁਨਾਹ ਬਖਸ਼ ਦੇ ਤੇ ਮੈਂ ਤੇਰੇ ਤੋਂ ਇਹੀ ਮੰਗਦਾ ਸ਼ੇਖ ਫਰੀਦਾ ਖੈਰ हे ਰੱਬ ਜੇ ਤੂੰ ਖੈਰ ਪਾਣੀ ਹੈ ਮੇਰੀ ਝੋਲੀ 'ਚ ਬਿੰਦਗੀ ਬੰਦਗੀ ਮੈਨੂੰ ਬੰਦਗੀ ਦੀ ਖੈਰ ਪਾਉ ਔਰ ਇਹੀ ਕਬੀਰ ਸਾਹਿਬ ਯਾਦ دہਾਨੀ ਕਰਵਾਉਂਦੇ ਨੇ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਕੇ ਦੁਨੀਆ ਦੇ ਵਿੱਚ ਉਹੀ ਸੁਖੀ ਹੈ ਔਰ ਇਹ ਗੁਰਬਾਣੀ ਜਦੋਂ ਤੁਸੀਂ ਦੇਖਦੇ ਹੋ ਹਰ ਚੀਜ਼ ਦੇ ਲਈ ਕੋਈ ਸ਼ਬਦ ਹੈ ਸੁਖ ਨਾਹੀਂ ਬਹੁਤਾ ਧਨ ਖਾਟੇ ਬਹੁਤ ਵਾਰ ਅਸੀਂ ਜਦੋਂ ਗਰੋ ਹੋ ਰਹੇ ਹੁੰਦੇ ਆ ਆਪਣੇ ਅਮੀਰ ਰਿਸ਼ਤੇਦਾਰਾਂ ਨੂੰ ਦੇਖਦੇ ਆ ਦੂਸਰਿਆਂ ਨੂੰ ਦੇਖਦੇ ਆ ਜੀ ਉਹਨਾਂ ਕੋਲ ਸਾਰੀਆਂ ਸਹੂਲਤਾਂ ਨੇ ਹਰ ਚੀਜ਼ ਹੈ ਤੇ ਕਈ ਆਪਣੇ ਮਨ 'ਚ ਅਸੀਂ ਬਣਾ ਲੰਨੇ ਕਿ ਜੇ ਧਨ ਆ ਜਾਏ ਤਾਂ ਸਭ ਕੁਝ ਆ ਜਾਣਾ ਹੈ ਪੈਸਾ ਫਿਰ ਉਹ ਪੈਸੇ ਦੀ ਦੌੜ ਸ਼ਾਮਿਲ ਹੋ ਜਾਂਨੇ ਅਸੀਂ ਪਰ ਉਹਨੂੰ ਗੁਰੂ ਸਾਹਿਬ ਨੇ ਯਾਦ دہਾਨੀ ਕਰਵਾਈ ਸਹਸ ਖੱਟੇ ਲੱਖ ਕੋ ਉੱਠਤਾ ਵੇ ਕਿਰਪਤ ਨਾ ਆਵੇ ਮਾਇਆ ਪਾਚੇ ਪਾਲ ਕੇ ਕਮਲਿਆ ਇਸ ਦੌੜ ਦੇ ਵਿੱਚ ਕਦੇ ਕੋਈ ਸੰਤੁਸ਼ਟ ਹੋਇਆ ਜਿਹਦੇ ਕੋਲ ਹਜ਼ਾਰ ਹੈ ਉਹ ਲੱਖ ਲਈ ਦੌੜੇਗਾ ਲੱਖ ਵਾਲਾ ਮਿਲੀਅਨ ਲਈ ਦੌੜੇਗਾ ਮਿਲੀਅਨ ਵਾਲਾ ਬਿਲੀਅਨ ਲਈ ਦੌੜੇਗਾ ਦੁਨੀਆ ਦੇ ਜਿਹੜੇ ਸਭ ਤੋਂ ਅਮੀਰ ਲੋਕ ਨੇ ਉਹਨਾਂ ਦੇ ਕਿਤੇ ਪ੍ਰੋਫਾਈਲ ਕਰਕੇ ਉਹਨਾਂ ਨੂੰ ਪੁੱਛ ਲਓ ਕਿ ਉਹ ਕਿੰਨੀ ਖੁਸ਼ੀ ਮਾਣਦੇ ਨੇ ਉਹਨਾਂ ਚੋਂ ਇੱਕ ਦੋ ਤਾਂ ਸਭ ਛੱਡ ਕੇ ਬਿਨਾ ਫੋਨ ਕੰਪਿਊਟਰ ਦੇ ਸਧਾਰਨ ਅਪਾਰਟਮੈਂਟਾਂ 'ਚ ਰਹਿੰਦੇ ਨੇ ਕਿ ਜੀ ਸਾਨੂੰ ਇਹਦੇ 'ਚ ਖੁਸ਼ੀ ਮਿਲਦੀ ਸੋ ਇਹੀ ਸੱਚ ਸੁਖ ਨਹੀਂ ਬਹੁਤਾ ਧਨ ਖਾਟੇ ਤੇ ਇਹਦੇ 'ਚੋਂ ਸੁਖ ਨਹੀਂ ਫਿਰ ਇਸੇ ਤਰ੍ਹਾਂ ਕਾਮ ਲਸਟ ਦੇ ਵਿੱਚ ਔਰਤਾਂ ਚੋਂ ਜਿਹੜੇ ਲੋਕ ਸੁੱਖ ਲੱਭਦੇ ਨੇ ਔਰ ਉਹਨੂੰ ਵੀ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਇਹ ਜਿਹੜਾ ਇਸ ਸਾਰੇ ਚੋਂ ਵੀ ਅਲਟੀਮੇਟਲੀ ਸੁੱਖ ਨਹੀਂ ਨਿਕਲਦਾ ਇਸ ਕਾਮ ਦੇ ਵਿੱਚ ਲਸਟ ਦੇ ਵਿੱਚ ਉਲਝ ਉਲਝ ਕੇ ਤੁਸੀਂ ਖਤਮ ਹੋ ਜਾਂਦੇ ਹੋ ਗਰੀਡ ਇਹ ਵੀ ਆ ਜਾਏ ਉਹਦੇ ਚੋਂ ਸੁੱਖ ਨਹੀਂ ਨਿਕਲਦਾ ਔਰ ਅਲਟੀਮੇਟਲੀ ਇਹ ਹੀ ਹੈ ਕਿ ਭਾਈ ਜੇ ਸੁੱਖ ਹੈ ਜੋ ਸੁੱਖ ਚਾਹੇ ਜਿਹੜਾ ਚਾਹੁੰਦਾ ਹੈ ਸੁੱਖ ਜੋ ਸੁੱਖ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਿ ਉਸ ਰਮੇ ਹੋਏ ਵਾਹਿਗੁਰੂ ਦੀ ਸ਼ਰਨ ਚ ਸ਼ੈਲਟਰ ਚਾਹਣਾ ਜੋ ਸੁਖ ਚਾਹੇ ਸਦਾ ਫੋਰਐਵਰ ਜੇ ਤੁਹਾਡੇ ਅੰਦਰ ਇਹ ਚਾਹਣ ਹੈ ਕਿ ਤੁਹਾਡਾ ਅੰਦਰ ਹਮੇਸ਼ਾ ਰੱਬ ਦੀ ਯਾਦ ਦੇ ਵਿੱਚ ਸੁਖ ਚ ਰਹੇ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਤੁਤ ਕਤੈ ਨ ਡੋਲਈ ਜਦੋਂ ਫਿਰ ਰੱਬ ਦਾ ਸੀ ਅੰਚਲ ਰੱਬ ਦਾ ਪੱਲਾ ਕੁੱਟ ਕੇ ਫੜ ਲੈਣੇ ਫਿਰ ਡੋਲਣਾ ਨਹੀਂ ਹੁੰਦਾ ਕੋਈ ਚੀਜ਼ ਤੁਹਾਨੂੰ ਲੁਭਾਉਂਦੀ ਨਹੀਂ ਕੋਈ ਚੀਜ਼ ਤੁਹਾਨੂੰ ਟੈਂਪਟ ਨਹੀਂ ਕਰਦੀ ਤੁਹਾਡੇ ਪੈਰ ਨਹੀਂ ਉਖੜਦੇ ਜਿਸ ਰੱਖ ਹੈ ਸਰਜਨਹਾਰ ਕਿਉਂਕਿ ਤੁਸੀਂ ਰੱਬ ਦੀ ਦਰਗਾਹ ਚ ਹੁੰਦੇ ਹੋ ਰੱਬ ਦੀ ਗੋਦ ਚ ਹੁੰਦੇ ਹੋ ਰੱਬ ਦੀ ਕੁਰਬਤ ਚ ਹੁੰਦੇ ਹੋ ਫਿਰ ਇਹ ਰੱਬ ਦਾ ਬਿਰਦ ਹੁੰਦਾ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾ ਲੈ ਕਿ ਇਹ ਤੇਰਾ ਬਿਰਧ ਹੈ ਕਿ ਭਾਈ ਜੇ ਹੁਣ ਮੈਂ ਤੇਰੀ ਪਨਾਹ ਚ ਆਂ ਤੇ ਜੇ ਮੈਂ ਦੁਖੀ ਹੋਵਾਂਗਾ ਔਖਾ ਹੋਵਾਂਗਾ ਫਿਰ ਦੇਖ ਦੂਸਰਿਆਂ ਦੇ ਲਈ ਕੀ ਹੋਏਗਾ ਇਹ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਧ ਸਮਾਲ ਲੈ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਪ੍ਰਤ ਪਾਲ ਲੈ ਫਿਰ ਉਹਦਾ ਬਿਰਧ ਹੁੰਦਾ ਉਹ ਹੱਥ ਦੇ ਕੇ ਰੱਖਦਾ ਔਰ ਹਮੇਸ਼ਾ ਪ੍ਰਤ ਪਾਲਣਾ ਕਰਦਾ ਜੀ ਦਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਵੇਂ ਚ ਹੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਆਪਣੇ ਆਪਣੇ ਵੀਅਰਸ ਨੂੰ ਹੈਪੀ ਵੀਕਐਂਡ ਕਹਿੰਦੇ ਆ ਕਿ ਵਾਈ ਗਰੁੱਪ ਕਰੇ ਅੱਲਾਹ ਤਾਲਾ ਕਰੇ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਖੁਸ਼ੀਆਂ ਤੇ ਚਾਵਾਂ ਨਾਲ ਗੁਜ਼ਰੇ ਸੋ ਇੱਥੇ ਲੈਣਾ ਤੁਹਾਡੇ ਕੋਲ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ ਐਸਓ ਆ ਟਾਚ ਵੀ 4 ਟਾਚ ਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਨਾਲ ਗਿਆ ਦੋ ਦੇਖਦੇ ਰਹੋ ਚੀ ਵੀ 4 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ